ਇੰਡੀਆ ਤੋਂ ਮਿਲਣਾ ਗੁਲਾਬ ਜੱਟੀ ਹੈ ਰੌਂਦ ਲੈ ਕੇ ਜਿੰਨੇ ਮਰਜ਼ੀ ਰੌਂਦ ਲੈ ਜਿੰਨੇ ਮਰਜ਼ੀ ਜੀ ਜੱਟਦੀ ਆ ਯਾਰੀ ਛੋਲਿਆਂ ਦਾ ਵਾਰੀ ਜਦ ਵਿਛੇ ਤੇ ਆ ਵਿਸ਼ਕ ਛੱਡਦੀ ਮੋੜ ਦੂਰ ਕੰਨੇ ਮੁੱਲ ਤੇਰੀ ਤੋਤਾ ਮੋੜ ਦੂਰ ਕੰਨੇ ਮੁੱਲ ਤੇਰੀ ਤੋਤਾ ਲੋਕੀ ਕਹਿੰਦੇ ਤੇਰੇ ਵਿੱਚ ਮੈਂ ਬੋਲਦਾ ਮੇਰੇ ਵਿੱਚ ਬੋਲੇ ਵੇਲੋ ਬੱਤੀ ਬੋਰਦਾ ਅੱਖ ਵਿੱਚ ਅੱਖਣ ਤੋਂ ਬਾਅਦ ਵੇਲੀ ਕੱਲ ਨੂੰ ਕਹੀ ਮੰਮੇ ਦੇ ਪਿਆਰ ਹੋ ਗਿਆ ਤੇਰੇ ਹੋਰ ਹੀ ਆਉਂਦੇ ਗਾਣੇ ਕੱਲ ਨੂੰ ਸੱਚੀ ਅੱਛਾ ਜੱਟ ਦੀ ਮਸ਼ਹੂਰ ਬੀਬਾ ਬਲਾ ਚ ਬਲਾ ਮੈਂ ਟੈਨਸ਼ਨ ਨਾ ਲਓ ਨਾਲੇ ਪਤਾ ਤੂੰ ਰਕਾਨੇ ਸਾਡਾ ਟਾਈਮ ਆ ਪਹਿਲੀ ਉਹ ਤਾਂ ਕੇਰਾ ਪਤਾ ਕਰ ਜੱਟ ਦੀ ਨੀ ਤੇਰੇ ਨਾਲ ਦੀ ਨੂੰ ਪੁੱਛ ਮੇਰੀ ਭੈਣਾ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਮਚਿਆ ਪਿਆ ਆੜੇ ਦੀਦੀ ਮੈਨੂੰ ਵਧੀਆ ਨੀ ਲੱਗਦਾ ਵੈਸੇ ਵੀ ਆਪਣੀ ਰੀਅਲ ਲਾਈਫ ਚ ਸ਼ਾਮ ਨੂੰ ਮਤਲਬ ਟਾਈਮ ਹਰ ਰੋਜ਼ ਕੱਢਦੀ ਆ ਜਿਹੜੇ ਬੱਚੇ ਹੁੰਦੇ ਨੇ ਝੁੱਕੀ ਝੋਪੜੀਆਂ ਉਹਨਾਂ ਨੂੰ ਪੜਾ ਕੇ ਕਿਆ ਬਾਤ ਹੈ ਬਹੁਤ ਫੈਲ SDS ਵਿੱਚ ਲੱਗੂਗੀ ਜੀ ਬਿਲਕੁਲ ਬਿਲਕੁਲ ਕਿਉਂਕਿ ਇਹ ਤਾਂ ਸਿੱਧਾ ਕਲੀਅਰ ਇਹੀ ਹੋ ਰਿਹਾ ਕਿ ਜੀ ਕੈਨੇਡਾ ਵੀਜ਼ਾ ਦੇਣਾ ਚਾਹੁੰਦੀ ਹੈ ਤੁਸੀਂ ਵੀਜ਼ਾ ਲੈਣ ਵਾਲੇ ਬਣੋ ਵੀਜ਼ਾ ਦੇਣਾ ਚਾਹੁੰਦੇ ਹੋ ਰੂਲ ਨੂੰ ਜਿਹੜਾ ਹੈਗਾ ਬਹੁਤ ਈਜ਼ੀ ਕਰ ਰਹੀ ਹੈ ਕੈਨੇਡਾ ਗਵਰਨਮੈਂਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੂਡੈਂਟ ਮਹਿਕਮਾ ਚੈਨਲ ਦੇਖ ਰਹੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੀਆਂ ਅੱਜ ਦੀਆਂ ਰੌਣਕਾਂ ਨੇ ਉਹ ਲੱਗਣਗੀਆਂ ਸ਼ਹਿਰ ਮਲੇਰਕੋਟ ਦੇ ਵਿੱਚ ਅਤੇ ਇੰਸਟੀਟਿਊਟ ਦਾ ਨਾਮ ਹੈ ਜੀ ਪਹਿਲਾਂ ਬੱਚਿਆਂ ਤੋਂ ਬੁਲਾਵਾਂਗੇ ਅਤੇ ਫਿਰ ਆਪ ਬੋਲਾਂਗੇ ਠੀਕ ਹੈ ਜੀ ਸੋ ਇੰਸਟੀਟਿਊਟ ਦਾ ਨਾਮ ਕੀ ਹੈ ਜੀ ਕਿਆ ਬਾਤ ਹੈ ਜੀ ਥੋੜ੍ਹਾ ਜਿਹਾ ਤੁਹਾਨੂੰ ਸਮਝ ਬੇਸ਼ਕ ਨਾ ਹੀ ਹੋਵੇ ਉਹ ਕਿਹਨਾਂ ਨੇ ਭੋਰਤੀ ਇੰਸਟੀਟਿਊਟ ਦਾ ਨਾਮ ਹੈ ਜੀ ਦਾ ਟਰੈਕਰ ਇੰਸਟੀਟਿਊਟ ਮਲੇਰਕੋਟ ਦੇ ਵਿੱਚ ਖੜ੍ਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਇੱਧਰ ਮੈਮ ਦੀ ਸ਼ੁਰੂਆਤ ਕਰਦੇ ਹਾਂ ਇਹ ਮੈਂ ਦੇਖ ਲਿਆ ਟਾਈਮ ਨਾਲ ਟਲਦੀ ਸੀ ਵੀ ਜਈ ਸਰ ਜੀ ਮੇਰਾ ਨਾਮ ਕੀ ਤੁਹਾਡਾ ਜੀ ਅਰਵਿੰਦ ਅਰਵਿੰਦ ਕੇਜਰੀਵਾਲ ਉਹ ਝਾੜੂ ਮਹਿਕਮਾ ਜੀ ਤੁਸੀਂ ਉਹ ਕਿੱਦਾਂ ਕਿਤਨੇ ਰੱਖਦੇ ਹੋ ਜੀ ਮੈਨੂੰ ਰਾਈਟਿੰਗ ਦਾ ਸ਼ੌਂਕ ਹੈ ਮੈਂ ਸ਼ਾਇਰੀ ਵਗੈਰਾ ਲਿਖ ਲੈਂਦੀ ਹਾਂ ਅੱਛਾ ਰਾਈਟਿੰਗ ਦਾ ਸ਼ੌਂਕ ਹੈ ਸ਼ਾਇਰੀ ਵਗੈਰਾ ਲਿਖ ਲੈਂਦੇ ਜੀ ਮੈਂ ਕਹਿੰਦਾ ਜ਼ਰੂਰ ਇੱਕ ਸ਼ਾਇਰੀ ਆਉਣ ਦੋ ਜੀ ਬੇਸ਼ੱਕ ਇੱਕ ਸ਼ਾਇਰੀ ਜੀ ਆਹ ਫੜੋ ਮਾਈਕ ਜੀ ਜੇ ਚੰਗੀ ਲੱਗੇ ਤਾਂ ਤਾੜੀਆਂ ਮਾਰਾਂਗੇ ਨਹੀਂ ਚੰਗੀ ਲੱਗੀ ਫਿਰ ਜ਼ੋਰ ਤਾਂ ਨਹੀਂ ਮਾਰਾਂਗੇ ਜੀ ਆਉਣ ਦੋ ਜੀ ਕਿ ਸਾਥ ਨਿਭਾਉਣ ਦਾ ਵਾਅਦਾ ਤਾਂ ਹਰ ਕੋਈ ਕਰ ਲੈਂਦਾ ਬੰਦੇ ਦੇ ਜਾਣ ਪਿੱਛੋਂ ਤਾਂ ਹਰ ਕੋਈ ਅੱਖ ਭਰ ਲੈਂਦਾ ਜਿਹਦਾ ਹਾਸਾ ਹੁੰਦਾ ਇਹ ਹਸੀਨੋਂ ਹੱਸ ਕੇ ਹਰ ਦੁੱਖ ਜਰ ਲੈਂਦਾ ਜ਼ਿੰਦਗੀ ਭਰ ਸਾਥ ਕੋਈ ਹੀ ਨਿਭਾਉਂਦਾ ਏ ਉਂਝ ਕੁਝ ਪਲ ਲਈ ਹੱਥ ਤਾਂ ਹਰ ਕੋਈ ਫੜ ਲੈਂਦਾ ਕਿਆ ਬਾਤ ਹੈ ਦੀ ਕਦਰ ਕਰਨਾ ਸਿੱਖੋ ਜੋ ਤੁਹਾਡੀ ਕਦਰ ਕਰਦਾ ਏ ਭਾਵੇਂ ਮੂੰਹ ਤੇ ਕੋਈ ਕੁਝ ਕਹਿੰਦਾ ਨਾ ਪਰ ਹਰ ਕੋਈ ਅੰਦਰੋਂ ਅੰਦਰੀ ਸੜਦਾ ਏ ਉਹ ਰਿਸ਼ਤਾ ਕਦੇ ਵੀ ਟੁੱਟਦਾ ਨਾ ਜੋ ਭਰੋਸੇ ਉੱਤੇ ਖੜਦਾ ਏ ਗੈਰਾਂ ਦਾ ਵਾਰ ਤਾਂ ਸਹਿ ਲੈਂਦਾ ਬੰਦਾ ਆਪਣੇ ਹੱਥੀ ਮਰਦਾ ਏ ਕਿਆ ਬਾਤ ਹੈ ਕੀ ਹੈ ਜੀ ਕਮਲਪ੍ਰੀਤ ਕੌਰ ਆ ਮੈਮ ਕਿਵੇਂ ਸਵੇਰੇ ਬਾਲ ਬੁਲ ਬਾਹੀ ਨਹੀਂ ਹੈਗੇ ਜਾਂ ਆਈ ਆ ਗਏ ਜੀ ਗਲਤੀ ਨਾਲ ਫੈਸ਼ਨ ਹੈ ਜੀ ਫੈਸ਼ਨ ਹੈ ਜੀ ਨਹੀਂ ਨਹੀਂ ਫੈਸ਼ਨ ਆ ਬਹੁਤ ਸੋਹਣੀ ਲੱਗ ਰਹੀ ਜੀ ਬਹੁਤ ਸੋਹਣੀ ਲੱਗ ਰਹੇ ਹੋ ਆ ਗਈ ਬੰਬਾ ਅੱਜ ਇੰਨਾ ਤਾਂ ਚੱਲਦੀਆਂ ਨਹੀਂ ਮਜ਼ਾਕ ਕਰਦੇ ਨਹੀਂ ਨਹੀਂ ਬਹੁਤ ਸੋਹਣੀ ਲੱਗ ਰਹੀ ਜੀ ਥੈਂਕ ਯੂ ਤੇ ਹੋਰ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਜਿਹੜੀ ਕੁੜੀਆਂ ਫੈਸ਼ਨ ਕਰਦੀਆਂ ਨੇ ਉਹਨੂੰ ਕੋਈ ਦੋ ਸ਼ਬਦ ਜੀ ਨਹੀਂ ਵੈਸੇ ਵੀ ਇੰਨੀ ਫੈਸ਼ਨੇਬਲ ਹੈ ਨਹੀਂ ਇਹ ਤਾਂ ਨੋਰਮਲ ਹੈ ਜੀ ਪਤਾ ਕੀ ਇੱਕ ਮੌਕੇ ਕਿਸੇ ਨੂੰ ਡਰਾਉਣਾ ਪਿਆ ਮਾੜਾ ਜਿਹਾ ਘਾਤਾ ਬੰਦਾ ਵੀ ਡਰ ਜਾਂਦਾ ਜੀ ਇਹ ਮਜ਼ਾਕ ਕਰਦੇ ਜੀ ਹਾਂਜੀ ਸ਼ੌਂਕ ਕਿੱਦਾਂ ਕਿੱਦਾਂ ਦੇ ਜੀ ਮੈਨੂੰ ਡਾਊਨ ਟੂ ਅਰਥ ਰਹਿਣਾ ਬਹੁਤ ਪਸੰਦ ਹੈ ਤੁਹਾਨੂੰ ਕੀ ਜੀ ਡਾਊਨ ਟੂ ਅਰਥ ਮਤਲਬ ਧਰਤੀ ਨਾਲ ਰਹਿਣਾ ਪਸੰਦ ਹੈ ਜੀ ਹਾਂਜੀ ਮਤਲਬ ਨਾ ਵਾਲਾ ਸ਼ੋਅ ਆਫ ਮੈਨੂੰ ਵਧੀਆ ਨਹੀਂ ਲੱਗਦਾ ਵੈਸੇ ਵੀ ਆਪਣੀ ਰੀਅਲ ਲਾਈਫ 'ਚ ਸ਼ਾਮ ਨੂੰ ਮਤਲਬ ਟਾਈਮ ਹਰ ਰੋਜ਼ ਕੱਢਦੀ ਹਾਂ ਜਿਹੜੇ ਬੱਚੇ ਹੁੰਦੇ ਨੇ ਝੁੱਗੀ ਝੋਪੜੀਆਂ ਵਾਲੇ ਉਹਨਾਂ ਨੂੰ ਪੜ੍ਹਾ ਕੇ ਆਉਂਦੇ ਕਿਆ ਬਾਤ ਹੈ ਬਹੁਤ ਸੋਹਣੀ ਗੱਲ ਹੈ ਤਾੜੀਆਂ ਲਾਓ ਵੀ ਕੁੜੀ ਲਈ ਜਿਹਨੂੰ ਨਹੀਂ ਸਮਝਦੇ ਮੈਂ ਉਹਨਾਂ ਨੂੰ ਗੱਲ ਜ਼ਰੂਰ ਦੱਸਣਾ ਬਸ ਆਉਣਾ
पढ़ता तो मैं भी नहीं थिएटर करने का शौक है मैनू। अच्छा, थिएटर का शौक है। पहले साढ़े फील्ड ही आ गए तुसी जी। हां, मैं खड़े हो गलबात करते हैं जी। आज खड़े हो गलबात। उरे आ जाओ, उरे आ जाओ जी। आज मैं नहीं, कोई मैं आ जाओ नहीं। तो साफ थिएटर वाले आपा किसी दब दे जी, उरे खड़ो जे इधरले पासे आओ जी। सो कुड़ी थिएटर कर दी है ते असि जरूर चाहांगे कि मैम किसी चीज कोई एक्टिंग ला लो जा कोई डायलॉग थोड़े कोई याद होवे तो जो तुसी थिएटर कर दियो जा। नहीं, अच्छा नर्वस है। नहीं, कोई चन्ना नर्वस ना हो जी, आराम ना, ठंडे हो जाओ। कहो 10 मिनट 10 मिनट बैठी और
ਆਉਣ ਦਿਓ ਜੀ ਕੋਈ ਕੋਈ ਸ਼ੇਅਰ ਜਾਂ ਕੋਈ ਕੁਛ ਵੀ ਨਹੀਂ ਨਰਵਸ ਹਾਂ ਮੈਂ ਕੰਪੀਟੀਸ਼ਨ ਕਰਾਉਂਦੇ ਆ ਕੁੜੀਆਂ ਦੇ ਮੁੰਡਿਆਂ ਵਿੱਚ ਕਰਾ ਦੀ ਕੰਪੀਟੀਸ਼ਨ ਹਾਂ ਜੀ ਤਿਆਰ ਹੋ ਹਾਂ ਜੀ ਬਸ ਠੀਕ ਹੈ ਸੋ ਤੁਸੀਂ ਮੈਮ ਕੋਈ ਮੈਂ ਚਲੋ ਗਾਣ ਦੀ ਲੈਣ ਛੱਡਣੀ ਹੈ ਜੀ ਜਿਹੜੇ ਵਰਡ ਤੇ ਲੈਣ ਦੀ ਐਂਡਿੰਗ ਹੋਗੀ ਉਹ ਲੈਣ ਤੇ ਮੁੰਡੇ ਨੇ ਉਹ ਲੈਣ ਦਾ ਰਿਪਲਾਈ ਕਰਨਾ ਵੀ ਕਿਹੜਾ ਕੋਈ ਵੀ ਗਾਣਾ ਜਾਂ ਕੁਝ ਵੀ ਠੀਕ ਹੈ ਜੀ ਕੋਈ ਮੈਮ ਸਟਾਰਟ ਕਰੋ ਜੀ ਕਿਉਂ ਨਹੀਂ ਜੱਟਾ ਤੈਨੂੰ ਲੱਗਦੀ ਸਮਝ ਜੱਟਾ ਕਿਉਂ ਨਾ ਸਮਝ ਕਿਉਂ ਨਹੀਂ ਜੱਟਾ ਤੈਨੂੰ ਲੱਗਦੀ ਤੈਨੂੰ ਲੱਗਦੀ ਦੱਦੇ ਤੇ ਆ ਗਿਆ ਮਿੱਤਰੋ ਦਿਲ ਤੋੜਨ ਵਾਲੀ ਹੈ ਤੈਨੂੰ ਜੇਲ੍ਹ ਹੋ ਜਾਵੇ ਦੀ ਰੋੜ ਵਾਲੇ ਆਉਣ ਵਾਲੇ ਪੇਪਰਾਂ 'ਚ ਫੇਲ ਹੋ ਜਾਂਦੀ ਹੋ ਜਾਵੇ ਮੰਮੇ ਦੇ ਹਨਾ ਮੰਮੇ ਦੇ ਕੁੜੀਓ 5 ਸੈਕਿੰਡ ਜਾਂ 10 ਸੈਕਿੰਡ ਮਿਲਣਗੇ ਇੱਕ ਦੋ ਮਰ ਜਾਣੀ ਭੰਗੜਾ ਪਾਉਂਦੀ ਹੈ ਅੰਗਰੇਜ਼ੀ ਬੀਟ ਤੇ ਤੱਥੇ ਦੇ ਮੁੰਡਿਓ ਮੇਰੇ ਖਿਆਲ 'ਚ ਤੂੰ ਸੋਹਣੀ ਹੈ ਈਡੀ ਤੇ ਈਡੀ ਤੇ ਕੁੜੀਓ ਇੱਕ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਕਿਆ ਬਾਤ ਹੈ ਬਹੁਤ ਸੋਹਣੀ ਆਵਾਜ਼ ਦੱਦੇ ਤੇ ਮਿੱਤਰੋ ਦੱਦੇ ਤੇ ਦੱਦੇ ਤੇ ਦੱਦਾ ਇੱਕ ਦੋ ਤਿੰਨ ਚਾਰ ਪੰਜ ਤੂੰ ਚੰਦਰਾ ਸਵਰਗਾ ਤੂੰ ਨਰਕਾ ਤੱਕ ਜਾਏਗਾ ਦਾਰੂ ਤਾਂ ਨਾਲ ਜੱਟ ਦੇ ਸਵਰਗਾ ਤੱਕ ਜਾਊਗੀ ਗੱਗਾ ਗੱਗਾ ਗੱਗੇ ਦੀ ਕੁੜੀ ਗੋਰੇ ਰੰਗ ਦਾ ਦੱਦੇ ਦੇ ਮਿੱਤਰੋ ਇੱਕ ਦਿਲ ਦੀਆਂ ਗੱਲਾਂ ਕਰਾਂਗੇ ਕੋਲ ਕੋਲ ਬਹਿ ਕੇ ਤੂੰ ਚੰਦਰ ਇਹਦੇ ਨਾਲ ਹੀ ਬੈਠਾ ਲੱਗਿਆ ਪਿਆ ਦਿਲ ਦੀਆਂ ਗੱਲਾਂ ਕਰਾਂਗੇ ਕੋਲ ਕੋਲ ਬੈਠ ਕੇ ਇੱਥੋਂ ਬੈਠ ਕੇ ਕੱਕੇ ਤੇ ਕੱਕੇ ਤੇ ਕੱਲੀ ਯਾਦ ਤਾਂ ਕਰਦੀ ਹੋਣੀ ਹੈ ਕੀ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਹੈ ਇੱਕ ਦਿਲ ਮੇਰਾ ਸੋ ਗਿਆ
ਦਿਲ ਮੇਰਾ ਸੋ ਗਿਆ ਲੱਗਦਾ ਈੜੀ ਤੇ ਫੇਰ ਆ ਗਿਆ ਕੁੜੀ ਉਹ ਧੁੱਖੇ ਤੜੀਆਂ ਨੇ ਮੈਂ ਪੜਿਆ ਰਾਂਝੇ ਹੀਰਾਂ ਤੋਂ ਤੂੰ ਦੂਰ ਨਾ ਹੋ ਜੀ ਡਰ ਲੱਗਦਾ ਮਸਾਂ ਪਾਇਆ ਮੈਂ ਤਕਦੀਰਾਂ ਚੋਂ ਕਿਆ ਬਾਤ ਹੈ ਪਹਿਲਾਂ ਆਵਾਜ਼ ਬਹੁਤ ਸੋਹਣੀ ਕਿਤੇ ਆਇਆ ਜੀ ਥੋੜਾ ਜੀ ਹੁਣ ਚੱਚਾ ਚੱਚਾ ਇੱਕ ਦੋ ਚਿੱਟਾ ਕੁੜਤਾ ਵਾਲੇ ਬੇੜਿਆ ਤੂੰ ਵੇ ਵਾਹ ਬੇਤੇ ਵਾਹ ਬੇਤੇ ਜੀ ਵਾਹ ਬੇਤੇ ਇੱਕ ਦੋ ਵਾਹ ਵਾਹ ਜੀ ਵਾਹ 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 ਮੇਰੇ ਵਿੱਚ ਬੋਲੇ ਵੇਲੋ ਬੱਤੀ ਬੋਰਦਾ ਬੱਤੀ ਬੋਰਦਾ ਇੱਕ ਬਦਨਾਮ ਕਰਦੀ ਦਾਰੂ ਬਦਨਾਮ ਕਰਤੀ ਤੂੰ ਤਾਂ ਪਹਿਲੀ ਬਦਨਾਮ ਹੈ ਤੂੰ ਦਾਰੂ ਦੇ ਨਾ ਤੂੰ ਖਾਣ ਪੀਣ ਦੇ ਧਿਆਨ ਰੱਖ ਦਾਰੂ ਬਦਨਾਮ ਕਰਤੀ ਰਾਰਾ ਤੇਰੀ ਤੇ ਬਣੀਆਂ ਸੱਜਣਾ ਜਾਣ ਮੇਰੀ ਤੇ ਬਣੀਆਂ ਮੁੜ ਮੁੜ ਬੱਦਲ ਗੱਜਦਾ ਆ ਜਾ ਮੇਰਾ ਦਿਲ ਨਹੀਂ ਉਹ ਲੱਗਦਾ ਸੋਹਣਿਆ ਮੇਰਾ ਦਿਲ ਨਹੀਂ ਉਹ ਲੱਗਦਾ ਦੱਦਾ ਦੋ ਗੱਲਾਂ ਕਰੀਏ ਪਿਆਰ ਦੀਆਂ ਚੱਲ ਆ ਜਾ ਫਿਰ ਦੋ ਗੱਲਾਂ ਕਰੀਏ ਪਿਆਰ ਆੜਾ ਹੈ ਮਿੱਤਰੋ ਆੜਾ ਹੈ ਜੀ ਮਾੜੀਆਂ ਮਰ ਮੁੱਕ ਜਾਣੀਆਂ ਪਾਉਂਦੀਆਂ ਕਹਾਣੀਆਂ ਪਿਆਰ ਦੀਆਂ ਦੂਰੀ ਨਹੀਂ ਉਹ ਸਹਿੰਦੀਆਂ ਟਿੱਕ ਕੇ ਨਾ ਬਹਿੰਦੀਆਂ ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ ਆੜਾ ਆੜਾ ਮਿੱਤਰੋ ਤੂੰ ਤਾਂ ਫੇਰ ਵੀ ਰਕਾਨੇ ਟਾਈਮ ਮੰਗਦੀ ਰਹਿਣੀ ਆ ਨਾਲੇ ਪਤਾ ਤੂੰ ਰਕਾਨੇ ਸਾਡਾ ਟਾਈਮ ਆ ਵੈਲਿਊ ਤਾਂ ਕੇਰਾ ਪਤਾ ਕਰ ਜੱਟ ਦੀ ਨੀ ਤੇਰੇ ਨਾਲ ਦੀ ਨੂੰ ਪੁੱਛ ਮੇਰੀ ਭੈਣਾ ਹਏ ਹਏ ਅੱਜ ਦੇ ਸਲੂਟ ਜੱਟ ਜਿੱਤੋਂ ਲੰਘਦਾ ਨਹੀਂ ਜਿਵੇਂ ਡੀਸੀ ਆ ਕਿੱਥੇ ਖਤਮ ਕਿੱਥੇ ਲਈਆ ਕਿਹੜਾ ਮੁੱਲ ਲੈ ਲਿਆ ਸੱਸਾ ਥੋੜਾ ਈਜੀ ਦੇ ਜੀ ਜੀ ਜੱਜਾ 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 ਜੀ ਇੱਕ ਜਾਨ ਛੱਡ ਕੇ ਦਸਤਰੇ ਲਈ ਕੀ ਕਰ ਸਕਦੇ ਆ ਜਾਨ ਛੱਡ ਕੇ ਦਸਤਰੇ ਲਈ ਕੀ ਕਰ ਸਕਦੀਆਂ ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਹੈ ਈੜੀ ਈੜੀ ਅੜ ਕੇ ਕੰਮ ਪੂਰਾ ਮੈਨੂੰ ਲੱਗਦਾ ਮਸੇ ਜਿੱਤੋਗੇ ਈੜੀ ਇੱਕ ਦੋ ਤਿੰਨ ਇਸ਼ਕਾਂ ਦੇ ਲੇਖੇ ਲੱਗ ਗਈ ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਕੂੰਜੀ ਪੂੰਜੀ ਪੂੰਜੀ ਵੇ ਵਾਹ 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 ਹਾਰ ਗਏ ਤੇ ਯਾਦ ਰੱਖ ਮਾੜਾ ਮੋਟਾ ਇੱਕ ਗੱਲ ਮੈਂ ਜੇ ਇੰਨਾ ਜ਼ੋਰ ਪੀਟੀ ਤੇ ਲਾਉਂਦਾ ਨਿਕਲ ਜਾਂਦੀ ਸੀ ਸਾਰਾ ਜ਼ੋਰ ਇੱਧਰ ਗਾਣਿਆਂ ਦੀ ਲਾ ਰੱਖਿਆ ਸੱਚੀ ਅੱਛਾ ਜੱਟ ਦੀ ਮਸ਼ੂਕ ਬੀਬਾ ਬਲਾ ਚ ਬਲਾ ਮੈਂ ਟੈਨਸ਼ਨ ਨਾ ਲਓ
ਰਸ਼ੀਆ ਤੋਂ ਤੱਤਾ ਤੋ ਤੱਤਾ ਤੱਤਾ ਮੈਨੂੰ ਲੱਗਦਾ ਮੈਂ ਹੋ ਗਿਆ ਜੱਟ ਤਾਂ ਹੋਰ ਵੀ ਕਾਇਮ ਹੋ ਗਿਆ ਹਾਏ ਜੱਟ ਤਾਂ ਹੋਰ ਵੀ ਕਾਇਮ ਹੋ ਗਿਆ ਆੜਾ ਆੜਾ ਜੀ ਆੜਾ ਪਲ ਪਲ ਵੇ ਤੈਨੂੰ ਵੇਖਦੀਆਂ ਅੱਖੀਆਂ ਜਾਉਂਦੀਆਂ ਨੇ ਨਾ ਸੌਂਦੀਆਂ ਨੇ ਕੋਈ ਆਇਆ ਦੀ ਪੱਕੀਆਂ ਆੜਾ 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 ਕੇ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ ਨਹੀਂ ਬੁਲਾਉਂਦਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ ਆੜੇ ਦੀ ਕੀ ਗੱਲ ਆੜੇ ਦੀ ਜੀ ਹੋਰ ਕੋਈ ਮਨ ਜੁਗੀ ਮਿੰਨਤਾਂ ਗੁਜ਼ਾਰ ਦੀ ਵੇਲਾਰਿਆਂ ਚ ਲੰਘ ਜੂ ਜਵਾਨੀ ਮੁੱਟੇ ਯਾਰ ਦੀ ਵੇਲਾਰਿਆਂ ਚ ਲੰਘ ਜੂ ਜਵਾਨੀ ਮੁੱਟੇ ਯਾਰ ਦੀ ਮੁਟਿਆਰ ਦੀ ਦੱਦੇ ਦੇ ਹਾਂ ਦੱਸ ਦੱਸ ਦੋ ਕੋਈ ਸਹੀ ਆੜਾ ਬਾਲੀ ਨੂੰ ਨਹੀਂ ਨਹੀਂ ਮੈਂ ਤਾਂ ਉਹ ਮੇਰੇ ਲਾਡੀ ਯਾਦ ਆ ਗਿਆ ਸੀ ਅੱਖੀਆਂ ਜਹਿਰੀ ਵੇ ਕੁੜੀ ਦਾ ਕੋਕਾ ਕੋਕਾ ਜੀ ਕੋਕਾ ਕੱਕਾ ਜੀ ਕੱਕਾ ਤੱਤਾ ਜੀ ਰਾਰਾ ਜੀ ਲੈ ਮਿੱਤਰੋ ਰਾਰੇ ਦੇ ਵਰਡ ਆ ਗਿਆ ਪੈਂਦੀਆਂ ਕਣੀਆਂ ਕੰਪਨੀ ਨੇ ਪੂਰਾ ਪੱਖਿਆ ਪਹਿਲਾਂ ਮੁੰਡੇ ਹਾਰੇ ਨਾ ਕੁੜੀਆਂ ਹਾਰੇ ਮੈਂ ਆੜੇ ਦੇ ਫੇਰ ਆ ਗਿਆ ਜੀ ਅੱਖੀਆਂ ਤੇਰਾ ਸੱਜਣਾ ਦੇ ਕੱਢ ਮੇਰੀ ਜਿੰਦ ਨਾ ਲੈ ਜੇ ਅੱਖੀਆਂ ਦਾ ਸੁਰਮਾ ਚੰਨ ਵੇ ਹੰਝੂਆਂ ਦੇ ਰਾਣਾ ਬਹਿ ਜੇ ਜੱਜਾ ਜੀ ਬਾਕੀ ਦਾ ਜੱਟ ਨੇ ਇੱਕ ਤੁਸੀਂ ਨਾਲ ਗਾਇਆ ਕਰੋ ਨਾਣਾ ਮਿੱਤ ਉਹ ਕਿਹੜੇ ਬਾੜ ਤਾਂ ਦੋ ਕੋਈ ਬਹੁਤ ਬਾੜ ਬਾੜ ਆੜੇ ਤੇ ਆ ਗਿਆ ਕੁੜੀਓ ਆਉਣ ਵਾਲਾ ਟਾਈਮ ਤੇਰੇ ਦੱਦੇ ਤੇ ਆ ਗਿਆ ਜੀ ਦੱਦੇ ਤੇ ਦੁੱਖ ਤਾਂ
ਗੱਲਾਂ ਸੁਣਾਣੀ ਸਾਰੇ ਤੋੜ ਦੇਣੇ ਆ ਤੋੜ ਦੇਣੇ ਆ ਤੋੜ ਦੇਣੇ ਆ ਰਹਿਣ ਦੇ ਤੂੰ ਜੱਟਾ ਹੱਥ ਜੋੜ ਦੇਣੇ ਆ ਜੋੜ ਦੇਣੇ ਆ ਵੇ ਹੱਥ ਜੋੜ ਦੇਣੇ ਆ ਆੜਾ 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 ਵੱਡਾ ਅਗਲੇ ਚੱਕ ਤੋਂ ਦਾ ਸੱਤ ਜੂਬੇ ਅੱਠਵਾਂ ਤਰਾ ਯਾਰ ਕੇ ਡਾੜਾ ਖਾਣ ਖਾਣ ਡਾੜਾ ਆ ਗਿਆ ਹੁਣ ਡਾੜਾ ਖਾ ਜੀ ਚਾ ਕੋਈ ਦੋ ਵਾਰ ਫਿਰ ਅਸੀਂ ਮੁਕਰੇ ਬੇਸ਼ੱਕ ਗੋਲੀ ਮਾਰਦੀ ਬਿਨਾ ਦੱਸੇ ਹੋਈ ਨਾ ਪਰਾਂ ਦੇਖੀ ਮੁਕਰ ਜਾਈ ਨਾ ਕਿਤੇ ਸੱਜਣਾ ਕੈਲੰਡਰ ਤਰੀਕਾ ਦੀ ਤਰ੍ਹਾਂ ਰਾਰਾ ਰਾਰਾ ਕੱਲੀ ਦੀ ਤੇਰੇ ਤੇ ਤੱਤੇ ਦੇ ਮਿੱਤਰੋ ਤੱਤੇ ਦੇ ਤੁਹਾਨੂੰ ਛੱਡ ਕੇ ਨਹੀਂ ਜਾਂਦੇ ਜਾਂਦੇ ਦੱਦੇ ਦੇ ਦੱਦੇ ਦੇ ਜੀ ਦੱਸੀ ਨਾ ਮੇਰੇ ਬਾਰੇ ਕਿਸੇ ਨੂੰ ਵੀ ਮੁਟਿਆਰੇ ਕਿ ਤੂੰ ਮੇਰੀ ਕੀ ਲੱਗਦੀ ਦੱਦੇ ਦੇ ਦੱਦੇ ਦੇ ਦੱਦੇ ਦੇ ਜੀ ਦੱਦੇ ਦੇ ਉਹ ਅਗਲਾ ਡਾਲਰ ਜਿਹੜਾ ਦੱਦੇ ਦੇ ਦੱਦੇ ਦੇ ਦੱਦੇ ਦੇ ਦੱਦੇ ਦੇ ਦੱਦੇ ਦੇ ਗੱਲ ਗੋਰੀਏ ਈੜੀ ਦੇ ਆ ਗਿਆ ਜੀ ਇੱਕ ਜੁਗਣੀ ਦੋ ਜੁਗਣੀ ਤਿੰਨ ਜੁਗਣੀ ਚਾਰ ਜੁਗਣੀ ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਜੁਗਣੀ ਮਾਇਆ ਨਾਮ ਚੱਲ ਚੱਲੀਏ ਇੰਨਾ ਤੇ ਨੀ ਕੋਈ ਹਾਰਦਾ ਜੁਗਨੀ ਨੰਨੇ ਤੇ ਆ ਗਿਆ ਜੀ ਹਾਂਜੀ ਵੀਰੋ ਨੰਨੇ ਤੇ ਸਾਰਾ ਕੁਛ ਦੇਖੀ ਬੈਠੇ ਆੜੇ ਤੇ ਜੀ ਆੜੇ ਤੇ ਮਹਾਰਾਜ ਆੜੇ ਤੇ ਜੀ ਆਸ਼ਿਕਾਂ ਦਾ ਹਾਲ ਵੇਖ ਜੱਗਦੀ ਏ ਚਾਲ ਵੇਖ ਕਦੇ ਕਦੇ ਜਾਨੀ ਆ ਮੈਂ ਹਾਰ ਜੱਗ ਤੋਂ ਲੁਕਾ ਕੇ ਰੱਖਾ ਰਾਜ ਹੀ ਬਣਾ ਕੇ ਰੱਖਾ ਸੋਹਣਿਆ ਵੇ ਤੇਰਾ ਮੇਰਾ ਪਿਆਰ ਯਾਰਾ ਵੇ ਦਿਲ ਧੜਕੇ ਮੇਰਾ ਤੈਨੂੰ ਕੋਈ ਮੈਥੋਂ ਖੋ ਨਾ ਲੈ ਜੀ ਸੱਜਣਾ ਵੇ ਕੱਢ ਮੇਰੀ ਜਿੰਦ ਨਾ ਲੈ ਜੀ ਜੱਜੇ ਤੇ ਤਾਂ ਸਤਮੀ ਜੀ ਬਹਿ ਗਏ ਬੋਲੋ ਜੱਜੇ ਦੇ ਨਹੀਂ ਉਹ ਤਾਂ ਉਹ ਤਾਂ ਮੈਂ ਉਹਨਾਂ ਨੇ ਆਪਦਾ ਅਗਲੇ ਪਹਿਰੇ ਤੋਂ ਸੁਣਾਇਆ ਜੀ ਫਿਰ ਗਾਣੇ ਮੁੱਕ ਆ ਗਿਆ ਗਾਣਾ ਜਿੰਦ ਮਾਹੀ ਮੁਲਾਕਾਤ ਜਦ ਹੋਣੀ ਘੁੱਟ ਕੇ ਗੱਲ ਬੱਗਣੀ ਨਾਲ ਦੇ ਗੱਲ ਬੱਕੜੀ ਪਾਈ ਹੈ ਗੱਲ ਬੱਕੜੀ ਤੈਨੂੰ ਨਾਣੇ ਦੇ ਆ ਗਿਆ ਆੜੇ ਦੇ ਗਾਂ ਪਿੱਛੋਂ ਭੁੱਲ ਗਏ ਸੀ ਲਿਸ਼ਕੂ ਲਿਸ਼ਕੂ ਰੰਗ ਰਾਰੇ ਤੇ ਆਇਆ ਮਿੱਤਰੋ ਰਾਰੇ ਤੇ ਆਇਆ ਆੜੇ ਤੇ ਆਇਆ ਜਮਾ ਲਾਸਟ ਹੈ ਜੀ ਹੁਣ ਇਹ ਆੜੇ ਤੇ ਆ ਜੀ ਬਸ ਹਟ ਜਾ ਜੱਜੇ ਤੇ ਆ ਗਿਆ ਤੇ ਹੁਣ ਇੱਕ ਗੱਲ ਕਹਿ ਦਈਏ ਮੈਂ ਕਹਿੰਦਾ ਵੀ ਬੱਚਿਆਂ ਦੀ ਗੱਲਬਾਤ ਕਰੀਏ ਕੁੜੀਆਂ ਦੀ ਗੱਲਬਾਤ ਕਰੀਏ ਬੇਸ਼ੱਕ ਮੁੰਡਿਆਂ ਦੀ ਗੱਲਬਾਤ ਕਰੀਏ ਬਈ ਇੰਨਾ ਕੁ ਕੌਨਫੀਡੈਂਸ ਆ ਗਿਆ ਤੇ ਜਦੋਂ ਮੈਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਮੈਂ ਕਿਹਾ ਸੀ ਵੀ ਬੱਚਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਬੋਲਣਾ ਸਾਰੇ ਜ਼ਰੂਰ ਬੋਲਿਓ ਤੇ ਮੈਂ ਹੈਰਾਨ ਹਾਂ ਬੱਚਿਆਂ ਸਾਰਿਆਂ 'ਚ ਇੰਨਾ ਕੁ ਕੌਨਫੀਡੈਂਸ ਹੈ ਵੀ ਹਰ ਇੱਕ ਕੁੜੀ ਨੇ ਹਰ ਇੱਕ ਮੁੰਡੇ ਨੇ ਪਾਰਟੀਸਪੇਟ ਕੀਤਾ ਬਹੁਤ ਸੋਹਣੀ ਵੀਡੀਓ ਬਣੀ ਹੈ ਨਾ ਕੁੜੀਆਂ ਹਾਰੀਆਂ ਨੇ ਨਾ ਮੁੰਡੇ ਹਾਰੇ ਨੇ ਬਹੁਤ ਸੋਹਣੀ ਵੀਡੀਓ ਹੈ ਬਹੁਤ ਸੋਹਣਾ ਤੁਹਾਡੇ 'ਚ ਕੌਨਫੀਡੈਂਸ ਹੈ ਜ਼ਰੂਰ ਇੱਕ ਵਾਰੀ ਆਪਣੇ ਲਈ ਤਾੜੀ ਲਾ ਦਿਓ ਬਹੁਤ ਸੋਹਣੀ ਗੱਲਬਾਤ ਹੈ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਇੱਕ ਮੁੱਦਾ ਬਣਿਆ ਪਿਆ ਸਰ ਵੀ ਕੈਨੇਡਾ ਪੀ ਟੀ ਨੂੰ ਨਹੀਂ ਅਸੈਪਟ ਕਰ ਰਿਹਾ ਜਾਂ ਪੀ ਟੀ 'ਤੇ ਮੰਨ ਚਲੋ ਵੀਜ਼ਾ ਨਹੀਂ ਦੇ ਰਿਹਾ ਜੀ ਇਸ ਵਾਰ ਸਰ ਕੀ ਕਹੋਗੇ ਜੀ
ਕਿਉਂਕਿ ਜਿਹੜੀ ਲੇਟੈਸਟ ਨਿਊਜ਼ ਆਈ ਹੈ ਉਹ ਇਹੀ ਆਈ ਹੈ ਕਿ ਜਿਹੜਾ ਪੀਟੀ ਨੂੰ ਐਸਡੀਐਸ ਪ੍ਰੋਫਾਈਲ ਦੇ ਵਿੱਚ ਐਕਸੈਪਟ ਕਰ ਲਿਆ ਗਿਆ 10 ਅਗਸਤ ਤੋਂ ਬਾਅਦ ਜਿੰਨਾ ਵੀ ਸਟੂਡੈਂਟ ਦੇ 60 ਈਚ ਸਕੋਰ ਹੈਗੇ ਆ ਉਹਨਾਂ ਉਹ ਵੀ ਜਿਵੇਂ ਪਹਿਲਾਂ ਕੈਨੇਡਾ 6 ਈਚ 'ਤੇ ਫਾਈਲ ਲੱਗਦੀ ਸੀ ਉੱਦਾਂ ਹੀ ਜਿਹੜੀ ਆਪਦੀ ਫਾਈਲ ਹੈ ਉਹ ਐਸਡੀਐਸ ਦੇ ਅੰਡਰ ਲਗਾ ਸਕਦੇ ਆ। ਅੱਛਾ, ਹੁਣ ਮਤਲਬ ਪੀਟੀ ਦੀ ਫਾਈਲ ਐਸਡੀਐਸ ਵਿੱਚ ਲੱਗੂਗੀ ਜੀ? ਬਿਲਕੁਲ ਬਿਲਕੁਲ, ਕਿਉਂਕਿ ਇਹ ਤਾਂ ਸਿੱਧਾ ਕਲੀਅਰ ਇਹੀ ਹੋ ਰਿਹਾ ਕਿ ਜੀ ਕੈਨੇਡਾ ਵੀਜ਼ਾ ਦੇਣਾ ਚਾਹੁੰਦੀ ਹੈ, ਤੁਸੀਂ ਵੀਜ਼ਾ ਲੈਣ ਵਾਲੇ ਬਣੋ, ਵੀਜ਼ਾ ਦੇਣਾ ਚਾਹੁੰਦੇ ਹੋ। ਰੂਲ ਨੂੰ ਜਿਹੜਾ ਹੈਗਾ ਬਹੁਤ ਈਜ਼ੀ ਕਰ ਰਹੀ ਹੈ ਕੈਨੇਡਾ ਗੌਰਮੈਂਟ, ਸੋ ਜਿਨ੍ਹਾਂ ਤੋਂ ਆਇਲਸ ਨਹੀਂ ਕਲੀਅਰ ਹੁੰਦੀ ਉਹ ਹੁਣ ਪੀਟੀ ਕਰ ਸਕਦੇ, ਪੀਟੀ ਕਰ ਸਕਦੇ। ਮਤਲਬ ਪੀਟੀ ਤੇ ਹੁਣ ਕੈਨੇਡਾ ਦਾ ਵੀਜ਼ਾ ਆਊਗਾ ਜੀ? ਆਊਗਾ ਜੀ। ਤੇ ਸਰ ਜੇ ਗੱਲਬਾਤ ਕਰੀ, ਕਈ ਮੰਨ ਕੇ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਜੀ, ਕਈ ਮਤਲਬ ਵੀ ਫੇਕ ਡਾਕੂਮੈਂਟ ਲਾ ਕੇ ਮਤਲਬ ਫਾਈਲ ਲਾ ਦਿੰਦੇ ਆ ਜੀ, ਹੈ ਨਾ, ਤੇ ਬੱਚੇ ਦਾ ਸਾਰਾ ਫਿਊਚਰ ਖਰਾਬ ਹੋ ਗਿਆ। ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਜਿਹੜੇ ਬੱਚੇ ਦਾ ਮਤਲਬ ਸਕੋਰ ਘੱਟ ਹੈ ਜਾਂ ਕਈ ਵਾਰੀ ਗੈਪ ਜ਼ਿਆਦਾ ਹੁੰਦਾ, ਉਹ ਫੇਕ ਡਾਕੂਮੈਂਟ ਲਾਉਣਾ ਚਾਹੁੰਦੇ ਆ ਜੀ? ਦੋਸਤੋ, ਮੈਂ ਇਹੀ ਗੱਲ ਕਹੂੰਗਾ ਕਿ ਬਾਹਰ ਨਾ ਜਾਓ ਪਰ ਗਲਤ ਡਾਕੂਮੈਂਟ ਨਾ ਲਾਓ। ਜੇ ਤੁਸੀਂ ਅੱਜ ਗਲਤ ਡਾਕੂਮੈਂਟ ਤੇ ਅੱਜ ਚਲੇ ਜਾਂਦੇ ਹੋ ਬਾਹਰ, ਇਹ ਤੁਹਾਨੂੰ ਦਿੱਕਤ ਕੱਲ ਨੂੰ ਜਦੋਂ ਤੁਸੀਂ ਕੋਈ ਵਰਕ ਪਰਮਿਟ ਲਓਗੇ ਉਦੋਂ ਆ ਜਾਏਗੀ, PR ਲਓਗੇ ਉਦੋਂ ਆ ਜਾਏਗੀ, ਸਿਟੀਜ਼ਨਸ਼ਿਪ ਲਓਗੇ ਉਦੋਂ ਆ ਗਈ। ਇਹ ਜਿਹੜਾ ਤੁਹਾਡੇ ਤਲਵਾਰ ਜਿਹੜੀ ਤੁਹਾਡੀ ਗਰਦਨ ਤੇ ਲਮਕਦੀ ਰਹੂਗੀ 10 ਸਾਲ 15 ਸਾਲ। ਸੋ ਮੈਂ ਇਹੀ ਗੱਲ ਕਹੂੰਗਾ, ਜੈਨੂਨ ਤਰੀਕੇ ਨਾਲ ਜਾਓ, ਤੁਸੀਂ ਬਾਹਰ ਅਪਲਾਈ ਕਰਨਾ, ਸਾਡੀ ਟੀਮ ਨੂੰ ਆ ਕੇ ਮਿਲੋ, ਕੋਈ ਨਾ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿੱਦਾਂ ਤੁਸੀਂ ਡਾਕੂਮੈਂਟਸ ਨੂੰ ਕਿੱਦਾਂ ਮੈਨੇਜ ਕਰ ਸਕਦੇ ਹੋ, ਕਿੱਦਾਂ ਅਸੀਂ ਤੁਹਾਡੀ ਆਇਲਸ ਕਰਵਾ ਸਕਦੇ ਹਾਂ, ਅਸੀਂ ਤੁਹਾਨੂੰ ਗਾਈਡ ਕਰਾਂਗੇ। ਬਟ ਗਲਤ ਤਰੀਕੇ ਨਾਲ ਜਿਹੜਾ ਰਾਸਤਾ ਉਹ ਨਾ ਅਪਣਾਓ। ਡਾਕੂਮੈਂਟਸ ਜੈਨੂਨ ਲੱਗੇ ਹੋਣ, ਤੁਸੀਂ ਸਾਡੀ ਟੀਮ ਨੂੰ ਆ ਕੇ ਮਿਲੋ, ਮੈਂ ਤੁਹਾਨੂੰ ਗਰੰਟੀ ਲੈਂਦਾ ਕਿ ਮੈਂ ਤੁਹਾਡਾ ਵੀਜ਼ਾ ਲੈ ਕੇ ਦਊਂਗਾ।